ਤੇ ਸੂਬੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਹਰ ਪਾਸੋਂ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ। ਅਜਿਹੀ ਖਬਰ ਹੁਸ਼ਿਆਰਪੁਰ ਦੇ ਟਾਂਡਾ ਤੋਂ ਸਾਹਮਣੇ ਆਈ ਹੈ, ਜਿੱਥੇ ਅਕਾਲੀ ਦਲ ਆਗੂਆਂ ਵੱਲੋਂ BDPO ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ BDPO ਵੱਲੋਂ ਵੋਟ ਸੂਚੀ ਵਿੱਚ ਹੇਰਾਫੇਰੀ ਕੀਤੀ ਗਈ ਹੈ ਅਤੇ BDPO ਅਧਿਕਾਰੀ ਨੇ ਉਮੀਦਵਾਰ ਨਾਲ ਕੁੱਟਮਾਰ ਵੀ ਕੀਤੀ ਹੈ। ਪੀੜਤ ਅਕਾਲੀ ਨੌਜਵਾਨ ਨੇ ਦੱਸਿਆ ਕਿ ਉਸਨੇ ਸੂਚੀ ਦੀ ਮੰਗ ਕੀਤੀ ਸੀ, ਜਿਸ ਮਗਰੋਂ BDPO ਨੇ ਉਸ ਤੇ ਹਮਲਾ ਕਰ ਦਿੱਤਾ। ਉਧਰ ਤਹਿਸੀਲਦਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਮਗਰੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਨਵੀਂ ਵੋਟਰ ਸੂਚੀ 22 ਦਸੰਬਰ ਤੱਕ ਦਰੁਸਤ ਕਰ ਦਿੱਤੀ ਜਾਵੇਗੀ। ਇਹ ਮਾਮਲਾ ਅੱਜ ਜੋ ਇਹ ਮਾਮਲਾ ਇਸ ਕਰਕੇ ਗਰਮਾਈ ਹੋਇਆ ਕਿ ਸਰਾਜ ਫੰਕਸ਼ਨ ਦਾ ਬਿੱਟੂ, ਜਿਨ੍ਹਾਂ ਦੀ ਮਦਰ ਇਲੈਕਸ਼ਨ ਲੜ ਰਹੀ ਸੀ ਪਿੰਡ ਜਲਾਲਪੁਰ ਵਿੱਚੋਂ, ਉਹ ਅੱਜ ਜਦੋਂ ਵੋਟਰ ਲਿਸਟ ਲੈਣ ਆਏ ਤੇ BDO ਨੇ ਵੋਟ ਲਿਸਟ ਦੇਣ ਦੀ ਬਜਾਏ ਉਹਨਾਂ ਨੂੰ ਚੰਡਾ ਵੀ ਮਾਰੀਆਂ ਤੇ ਧੱਕੇ ਮਾਰ ਕੇ ਉਹਨੂੰ ਬਾਹਰ ਕੱਢ ਦਿੱਤਾ। ਉਸ ਤੋਂ ਬਾਅਦ ਫਿਰ ਇਹ ਪਿੰਡ ਵਾਸੀ ਉਹ ਇਲਾਕਾ ਵਾਸੀ ਇਹ ਇਕੱਠੇ ਹੋਏ ਨੇ, ਇਕੱਠੇ ਹੋ ਕੇ ਇਹ ਇਨਸਾਫ ਦੀ ਮੰਗ ਕਰਦੇ ਨੇ ਕਿ ਜਿਹੜਾ ਕਿ BDO ਨੇ ਥੱਪੜ ਮਾਰਿਆ ਉਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਹਦੇ 'ਤੇ ਪਰਚਾ ਕੀਤਾ ਜਾਵੇ। ਔਰ ਜਿਹੜੀਆਂ ਵੋਟਾਂ ਕੱਟ ਕੇ ਦੂਜਿਆਂ ਪਿੰਡਾਂ 'ਚ ਪਾਤੀਆਂ ਨੇ, ਕੋਈ ਦੂਜਿਆਂ ਵਾਟਾਂ 'ਚ ਪਾਤੀਆਂ ਨੇ, ਇੰਨਾ ਧੱਕਾ ਕਦੇ ਵੀ ਅੱਜ ਤੱਕ ਅਕਾਲੀ ਸਰਕਾਰ 'ਚ ਨਹੀਂ ਹੋਇਆ ਜਿੰਨਾ ਕਿ ਅਕਾਲੀ ਸਰਪੰਚਾਂ ਨੇ ਇੰਨਾ ਧੱਕਾ ਹੋ ਰਿਹਾ। ਇਹ ਬਹੁਤ ਮਾੜੀ ਗੱਲ ਹੈ। ਪਿੰਡ ਜਲਾਲਪੁਰ ਵਿੱਚ 103 ਵੋਟ ਬਣੀ, ਜਿਹੜੀ FDO ਫਸ ਬਣੀ ਵੋਟ ਉਹਨੂੰ ਲਿਫਟ ਦੇ ਨਾਲ ਨਹੀਂ ਲਾ ਰਹੇ। ਇਹ ਪਿੰਡਾਂ ਵਿੱਚ ਵੀ ਅਸੂਲ ਹੈ। ਔਰ MLA ਆਪ ਅੰਦਰ ਬੈਠ ਕੇ ਆਪ ਸੂਚੀਆਂ ਬਣਾ ਰਿਹਾ, ਵੋਟਾਂ ਕਟਾ ਰਿਹਾ, ਵੋਟਾਂ ਬਣਾ। 4 ਦਿਨ ਹੋ ਗਏ ਨੇ ਅੰਦਰ ਆ ਕੇ ਬਹਿੰਦਾ, ਫੇਰੇ ਆਉਂਦਾ ਤੇ ਸ਼ਾਮ ਰਾਤ ਨੂੰ ਜਾਂਦਾ। ਬੜਾ ਧੱਕਾ ਹੋ ਰਿਹਾ BDO ਸਰ, ਬੜਾ ਧੱਕਾ ਹੋ ਰਿਹਾ। ਅਸੀਂ ਮੰਗ ਕਰਦੇ ਹਾਂ ਚੋਣ ਕਮਿਸ਼ਨ ਨੂੰ ਕਿ ਜਿਹੜੇ ਨੇ ਵੋਟਾਂ ਕੱਟੀਆਂ ਨੇ ਉਹਨਾਂ ਦੀ ਵੋਟਾਂ ਬਣਾ ਕੇ ਸ਼ਾਮ ਵੀ ਢੰਗ ਨਾਲ ਇਲੈਕਸ਼ਨ ਕੀਤੀ ਜਾਵੇ, ਕਿਉਂਕਿ ਸਾਨੂੰ ਖਤਰਾ ਹੈ ਇਹਨੇ ਪਿੰਡਾਂ 'ਚ ਧੱਕਾ ਇਲੈਕਸ਼ਨ ਨਾਲ। ਵੈਰੀਫਾਈ ਕਰਾਂਗੇ, ਵੈਰੀਫਾਈ ਕਰਕੇ ਫਿਰ ਅਸੀਂ ਦੇਖਾਂਗੇ। ਬਾਰੇ ਤਾਂ ਅਸੀਂ ਸਭ ਨਾਲ ਮੇਰੀ ਗੱਲ ਹੋਈ ਹੈ, ਉਹਨਾਂ ਮੈਨੂੰ ਇਸੇ ਦੇ ਭੇਜਿਆ ਹੈਗਾ ਵੀ ਉਹਨਾਂ ਨੂੰ ਇਹ ਭਰੋਸਾ ਦਵਾਇਆ ਜਾਵੇ ਕਿ ਜਿਹੜੇ ਪੂਰੀਆਂ ਲਿਸਟਾਂ ਆਈਆਂ ਨੇ ਉਹਨਾਂ ਦੇ ਸਾਈਨ ਹੋ ਗਏ, ਅਪਰੂਵ ਹੋ ਗਈਆਂ, ਉਹ ਜ਼ਰੂਰ ਛਪਣਗੀਆਂ। ਮੇਰੇ ਧਿਆਨ 'ਚ ਨਹੀਂ ਹੈਗਾ, ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ।